15 ਅਕਤੂਬਰ ਨੂੰ ਸਰੀ ਦੀ ਇਲੈਕਸ਼ਨ ਹੋਣੀ ਹੈ ਸਿਵਿਕ ਇਲੈਕਸ਼ਨ ਦੇ ਵਿੱਚ ਵੱਖ-ਵੱਖ ਸਲੈਟਾ ਸਾਹਮਣੇ ਆ ਚੁੱਕੀਆਂ ਤੇ ਉਹਨਾਂ ਦੇ ਵੱਖ-ਵੱਖ ਉਮੀਦਵਾਰ ਆਪਣੇ ਵੱਖ-ਵੱਖ ਤਰੀਕੇ ਦੇ ਵਾਅਦੇ ਕਰ ਰਹੇ ਨੇ ਸਰੀ ਦੇ ਇਸ ਵੇਲੇ ਦੇ ਮੇਰੇ ਡੱਗ ਮੁਕੱਲਮ ਦੁਆਰਾ ਚੁਣ ਲਾ ਰਿਹਾ ਤੇ ਉਹਨਾਂ ਨੇ ਇਸ ਵੇਲੇ ਇਹ ਕਹਿ ਕਿ ਜੇ ਉਹ ਮੇਅਰ ਬਣ ਜਾਂਦੇ ਆ ਤਾਂ ਸਰੀ ਦੇ ਵਿੱਚ ਇੱਕ ਬਹੁਤ ਵੱਡਾ ਸਟੇਡੀਅਮ ਬਣਾਉਣਗੇ ਰੋ ਸਟੇਡੀਅਮ ਦੇ ਵਿੱਚ 60000 ਸੀਟਾਂ ਹੋਣਗੀਆਂ ਕਲੋਬ ਡੇਲ ਦੇ ਵਿੱਚ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਐਲਾਨ ਕੀਤਾ ਸੀ ਸੇਫ ਸਰੀ ਕੋਲੀਸ਼ਨ ਵੱਲੋਂ ਕਿ ਮਲਟੀ ਯੂਜ਼ ਸਟੇਡੀਅਮ ਸਿਟੀ ਆਫ ਸਰੀ ਦੇ ਵਿੱਚ ਬਣਾਇਆ ਜਾਊਗਾ ਔਰ ਇਹ ਸਟੇਡੀਅਮ ਕੈਨੇਡਾ ਦੇ ਵਿੱਚ ਆਪਣੇ ਆਪ ਦੇ ਵਿੱਚ ਸਭ ਤੋਂ ਵੱਡਾ ਹੋਊਗਾ ਇਸ ਕਲਬਾ ਦੇ ਉੱਤੇ ਦੋ ਧਿਰਾਂ ਸਾਹਮਣੇ ਨੇ ਇੱਕ ਧਿਰ ਇਹ ਕਹਿ ਰਹੀ ਆ ਕਿ ਇਹ ਬਹੁਤ ਵਧੀਆ ਗੱਲ ਆ ਸਰੀ ਦੇ ਵਿੱਚ ਸਟੇਡੀਅਮ ਬਣਾਉਣਾ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੋਊਗੀ ਮੇਰੇ ਡਾਗ ਮੁਕੱਲਮ ਨੇ ਜਿਹੜਾ ਐਲਾਨ ਕੀਤਾ ਬਹੁਤ ਦੂਰ ਅੰਦੇਸ਼ੀ ਵਾਲਾ ਐਲਾਨ ਆ ਆਉਣ ਵਾਲੇ ਸਮੇਂ ਦੇ ਵਿੱਚ ਸਰੀ ਦੀ ਪੋਪੂਲੇਸ਼ਨ ਵੈਨਕੂਵਰ ਦੀ ਪੋਪੂਲੇਸ਼ਨ ਤੋਂ ਵੀ ਅੱਗੇ ਚੱਲੇ ਜਾਣੀ ਆ ਤੇ ਉਸ ਵੇਲੇ ਫਿਰ ਇੱਥੇ ਇਸ ਤਰ੍ਹਾਂ ਦੀ ਚੀਜ਼ ਹੋਣੀ ਬਹੁਤ ਜ਼ਰੂਰੀ ਆ 60000 ਦੀ ਕੈਪੈਸਿਟੀ ਵਾਲਾ ਇੱਕ ਸਟੇਡੀਅਮ ਇਹਦੇ ਲਈ ਲੋਕੇਸ਼ਨ ਹਜੇ ਤੱਕ ਪਤਾ ਨਹੀਂ ਕਿੱਥੇ ਬਣਨਾ ਆ ਉਹਨਾਂ ਨੇ ਲੋਕੇਸ਼ਨ ਨਹੀਂ ਹਜੇ ਤੱਕ ਇਹਦੇ ਲਈ ਡਿਸਾਈਡ ਕੀਤੀ ਪਰ ਉਹਨਾਂ ਨੇ ਵਾਅਦਾ ਕੀਤਾ ਆ ਕਿ ਜੇ ਦੁਬਾਰਾ ਡਗ ਮੁਕੱਲਮ ਮੇਅਰ ਬਣਦੇ ਆ ਤਾਂ ਉਹ ਇਸ ਸਟੇਡੀਅਮ ਨੂੰ ਬਣਾਉਣਗੇ ਕਿਹਾ ਜਾ ਰਿਹਾ ਹੈ ਕਿ ਲੋਕ ਬਹੁਤ ਅੱਗੇ ਦੀ ਸੋਚ ਕੇ ਤੁਰਦੇ ਆ ਕਿ ਜੋ ਕੁਝ ਆਉਣ ਵਾਲੇ 40-50 ਸਾਲ ਦੇ ਵਿੱਚ ਜੋ ਕੁਝ ਸਰੀ ਦੇ ਵਿੱਚ ਹੋਣਾ ਹੈ ਉਹਨੂੰ ਹੁਣ ਤੋਂ ਹੀ ਧਿਆਨ ਦੇ ਵਿੱਚ ਰੱਖ ਕੇ ਜੇਕਰ ਯਤਨ ਕੀਤੇ ਜਾਣ ਤਈ ਤਰ ਸ੍ਰੇਸ਼ਣ ਕੇ ਇਹ ਤੇ ਇਸ ਗੱਲ ਦੀ ਸਿਫਤ ਕਰ ਰਹੀ ਆ ਕਿ ਮੇਰ ਡਾਕ ਮੁਕੱਲਮ ਨੇ ਇਹ ਬੜਾ ਸਹੀ ਐਲਾਨ ਕੀਤਾ ਆ ਵਾਦਾ ਕੀਤਾ ਆ ਲੋਕਾਂ ਦੇ ਨਾਲ ਤੇ ਇਹ ਬਹੁਤ ਸਹੀ ਵਾਦਾ ਆ ਅਗਲੇ ਸਮੇਂ ਦੇ ਵਿੱਚ ਜਿਹੜਾ ਇਹ ਚੀਜ਼ ਸਰੀ ਦੇ ਵਿੱਚ ਇੱਕ ਬਹੁਤ ਬਲਕਣਾ ਹੋਊਗਾ ਔਰ ਕੈਨੇਡਾ ਦਾ ਸਭ ਤੋਂ ਵੱਡਾ ਸਟੇਡੀਅਮ ਹੋਊਗਾ 60000 ਬੰਦਾ ਇਹਦੇ ਵਿੱਚ ਬੈਠ ਸਕਦਾ ਹੋਊਗਾ ਹੁਣ ਸਾਰੇ ਦੇ ਵਿੱਚ ਸਟੇਡੀਅਮ ਵੱਡਾਕ ਨਹੀਂ ਬਣਦਾ ਬਾਅਦ ਦੀ ਗੱਲ ਆ ਪਹਿਲਾਂ ਸਾਨੂੰ ਆਲੇ ਦੁਆਲੇ ਨਿਗਾਹ ਮਾਰਨੀ ਪਊਗੀ ਕਿ ਇੱਥੇ ਹੈ ਕੀ ਇਹ ਸਾਡੇ ਕੋਲ ਇਸ ਵੇਲੇ ਬੀਸੀ ਪਲੇਸ ਲੋਰ ਮੇਨਲੈਂਡ ਦੇ ਵਿੱਚ ਤੁਸੀਂ ਜਾਣਦੇ ਹੋ ਸਭ ਤੋਂ ਵੱਡਾ ਸਟੇਡੀਅਮ ਹੈ ਇਸ ਵੇਲੇ 54000 ਸੀਟਾਂ ਨੇ ਇਹਦੇ ਵਿੱਚ ਤੇ ਇਹ ਵੀ ਕਹਿੰਦੇ ਪੂਰਾ ਨਹੀਂ ਭਰਦਾ 54000 ਸੀਟਾਂ ਤੇ ਬੀਸੀ ਲਾਇੰਸ ਗੇਮ ਦੇ ਵਿੱਚ ਪੰਦੋ 2115 ਦੇ ਵਿੱਚ 21000 ਬੰਦਾ ਗਿਆ ਸੀ ਤੇ 40 ਸਾਲ ਪਹਿਲਾਂ ਜਿਹੜਾ ਸੀਐਫਐਲ ਦੇ 1986 ਦੇ ਵਿੱਚ 46000 ਬੰਦਾ ਇੱਥੇ ਗਿਆ ਸੀ ਸੋ ਕਹਿਣ ਦਾ ਮਤਲਬ ਇਹ ਆ ਕਿ ਭਰਿਆ ਤਾਂ ਉਹ ਬੀਸੀ ਵਾਲਾ ਨਹੀਂ ਕਦੇ ਪੂਰਾ ਤੇ ਜਿਹਦੇ ਵਿੱਚ ਕਿ ਕੈਪੈਸਿਟੀ ਉਹਦੀ 54000 ਆ ਤੇ ਫਿਰ 60000 ਵਾਲਾ ਸਾਰੇ ਦੇ ਵਿੱਚ ਕਿੱਥੋਂ ਭਰ ਜੂਗਾ ਇਹ ਇਹਦੀ ਆਲੋਚਨਾ ਹੋ ਰਹੀ ਆ ਜਦੋਂ ਨਿਗਾਹ ਮਾਰ ਕੇ ਦੇਖਦੇ ਆ ਕਿ ਸਾਡੇ ਕੈਨੇਡਾ ਦੇ ਵਿੱਚ ਸਟੇਡੀਅਮ ਵੱਡੇ ਕਿਹੜੇ ਆ ਕਾਨਵੈਲ ਸਟੇਡੀਅਮ ਐਡਮਿੰਟਨ ਦੇ ਵਿੱਚ ਸਭ ਤੋਂ ਵੱਡਾ ਸਟੇਡੀਅਮ ਐਸ ਵੇਲੇ ਮੰਨਿਆ ਜਾ ਰਿਹਾ ਹੈ 55000 ਜਿਹੜੀ ਇਹਦੀ ਕੈਪੈਸਿਟੀ ਮੰਨਦੇ ਆ 올림픽 ਸਟੇਡੀਅਮ ਜਿਹੜਾ ਮੌਂਟਰੀਅਲ ਦੇ ਵਿੱਚ ਦੂਜੇ ਨੰਬਰ ਦੇ ਉੱਤੇ ਆਉਂਦਾ ਬੀਸੀ ਪਲੇਸ ਤੀਜੇ ਨੰਬਰ ਦੇ ਉੱਤੇ ਆਉਂਦਾ ਰੌਜਰ ਜ਼ਰੀਨਾ ਆ ਇਹ ਚੌਥੇ ਨੰਬਰ ਦੇ ਉੱਤੇ ਆਉਂਦਾ ਤੇ ਜੇ ਸਾਰੇ ਦੇ ਵਿੱਚ 60000 ਦੀ ਕੈਪੈਸਿਟੀ ਵਾਲਾ ਸਟੇਡੀਅਮ ਬਣ ਜਾਂਦਾ ਆ ਤਾਂ ਇਹ ਕੈਨੇਡਾ ਦਾ ਸਭ ਤੋਂ ਵੱਡਾ ਸਟੇਡੀਅਮ ਹੋਏਗਾ ਸੋ ਇਹਨਾਂ ਸਾਰੇ ਕੇਸਸ ਦੇ ਵਿੱਚ ਹੁਣ ਇਸ ਵੇਲੇ ਇਹ ਚਰਚਾ ਚੱਲ ਰਹੀ ਆ ਕਿ ਜਿਹੜਾ ਮੇਅਰ ਡਾਕ ਮੁਕੱਲਮ ਨੇ ਵਾਅਦਾ ਕੀਤਾ ਇਹ ਠੀਕ ਹੈਗਾ ਕਿ ਲੋਕਾਂ ਨੂੰ ਸਿਰਫ ਲੁਭਾਉਣ ਦੇ ਲਈ ਆ ਜਿਹੜੇ ਵਿਰੋਧੀ ਧਿਰ ਦੇ ਉਮੀਦਵਾਰ ਨੇ ਜਿੰਨੇ ਉਮੀਦਵਾਰ ਖੜੇ ਆ ਉਹ ਲਗਭਗ ਸਾਰੇ ਇਸ ਗੱਲ ਨੂੰ ਕਹਿੰਦੇ ਵੀ ਇਹ ਐਵੇਂ ਗੱਲ ਕਹਿ ਦਿੱਤੀ ਐ ਇਹਦੀ ਕੋਈ ਲੋੜ ਨਹੀਂ ਆ ਲੋਕਾਂ ਨੂੰ ਹੋਰ ਚੀਜ਼ਾਂ ਦੀ ਲੋੜ ਆ 60000 ਦੀ ਕੈਪੈਸਿਟੀ ਵਾਲੇ ਸਟੇਡੀਅਮ ਦੇ ਵਿੱਚ ਬੈਠਣਾ ਕਹਿੰਦੇ ਆ ਇਹ ਮਤਲਬ ਪ੍ਰਪੋਜ਼ਲ ਜਿਹੜਾ ਆ ਆਪਣੇ ਆਪ ਦੇ ਵਿੱਚ ਕੋ ਬਹੁਤਾ ਪ੍ਰੈਕਟੀਕਲ ਪ੍ਰਪੋਜ਼ਲ ਨਹੀਂ ਨਹੀਂ ਆ ਕਿੱਥੇ ਬਣਨਾ ਉਹਦੇ ਤੇ ਕਿੰਨਾ ਖਰਚਾ ਆਉਣਾ ਉਹ ਖਰਚਾ ਕਿੱਥੋਂ ਆਉਣਾ ਇਹ ਸਾਰਾ ਕੁਝ ਉਹ ਕਹਿੰਦੇ ਇੱਕ ਮਤਲਬ ਐਵੇਂ ਹੀ ਗੱਲਬਾਤ ਕਰ ਦਿੱਤੀ ਗਈ ਆ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੇ ਲਈ ਅਸਲ ਦੇ ਵਿੱਚ ਇਹ ਚੀਜ਼ ਨਾ ਤੇ ਫੋਰਡੇਬਲ ਆ ਨਾ ਵਰਕੇਬਲ ਆ ਤੇ ਨਾ ਹੀ ਇਹਦੀ ਉਹ ਕਹਿੰਦੇ ਏਡੀ ਵੱਡੀ ਲੋੜ ਆ ਇਸ ਵੇਲੇ ਏਡੇ ਵੱਡੇ ਸਾਈਜ਼ ਦੇ ਸਟੇਡੀਅਮ ਦੀ ਸਰੀ ਦੇ ਵਿੱਚ ਹੁਣ ਕਿਉਂਕਿ ਇਹਦਾ ਮਲਟੀਪਰਪਸ ਯੂਜ਼ ਹੋਣਾ ਆ ਦੂਜੀ ਗੱਲ ਜਿਹੜਾ ਇਹਦੇ ਹੱਕ ਦੇ ਵਿੱਚ ਇਹ ਗੱਲ ਕਹੀ ਜਾ ਰਹੀ ਆ ਕਿ ਜੇ ਤੁਸੀਂ ਦੇਖੋ ਜਿਹੜਾ ਕਿੰਨੇ ਸਾਲ ਪਹਿਲਾਂ ਬੀਸੀ ਪਲੇਸ ਬਣਿਆ ਸੀ ਜੀ ਉਸ ਵੇਲੇ ਲੋਕ ਇਹ ਸੋਚਦੇ ਵੀ ਇਹਦੀ ਉਸ ਵੇਲੇ ਲੋੜ ਨਹੀਂ ਆ ਤਾਂ ਫਿਰ ਇਸੇ ਤਰ੍ਹਾਂ ਹੀ ਅੱਜ ਲੋਕ ਸੋਚਦੇ ਆ ਸਮੇ ਤੋਂ 40-50 ਸਾਲ ਪਹਿਲਾਂ ਸੋਚ ਕੇ ਚੱਲਣ ਵਾਲੇ ਲੋਕ ਜੋ ਜ਼ਿਆਦਾ ਕਾਮਯਾਬ ਹੁੰਦੇ ਆ ਸਰੀ ਕੈਨੇਡਾ ਦਾ ਇੱਕ ਬਹੁਤ ਵਿਲੱਖਣ ਸ਼ਹਿਰ ਹੋਣਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੇ ਵੈਨਕੂਵਰ ਤੋਂ ਇੱਕ ਪੁਆਇੰਟ ਦੇ ਉੱਤੇ ਜਾ ਕੇ ਅੱਗੇ ਲੰਘ ਜਾਣਾ ਤੇ ਕੁਦਰਤੀ ਤੌਰ ਦੇ ਉੱਤੇ ਇਹਨੂੰ ਫਿਰ ਉਸ ਲੈਵਲ ਦਾ ਇਨਫਰਾਸਟ੍ਰਕਚਰ ਚਾਹੀਦਾ ਹੋਊਗਾ ਸੋ ਇਸ ਗੱਲਬਾਤ ਦੇ ਉੱਤੇ ਸਲਾਮ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਤੇ ਆਮ ਲੋਕ ਵੀ ਕੁਝ ਲੋਕ ਕਿਦੇ ਹੱਕ ਵਿੱਚ ਬੋਲ ਰਿਹਾ ਕਿ ਐਲਾਨ ਬਿਲਕੁਲ ਸਹੀ ਆ ਮੇਰੇ ਕੋਲ ਸਹੀ ਸਮੇਂ ਤੇ ਲਿਆ ਗਿਆ ਫੈਸਲਾ ਆ ਇਦਾਂ ਦੀ ਫੈਸਿਲਿਟੀ ਸਰੀ ਦੇ ਵਿੱਚ ਹੋਣੀਆਂ ਚਾਹੀਦੀਆਂ ਜਿਸ ਕਿਸਮ ਦੇ ਸਰੀ ਦੇ ਵਿੱਚੋਂ ਪਲੇਅਰ ਸਰੀ ਦੇ ਵਿੱਚ ਸਪੋਰਟਸ ਰਿਕਰੀਏਸ਼ਨ ਜੋ ਕੁਛ ਇਥੇ ਨਿਕਲਦਾ ਉਸ ਹਿਸਾਬ ਦੇ ਨਾਲ ਇਹ ਬਣਨਾ ਚਾਹੀਦਾ ਤੇ 60000 ਸੀਟਾਂ ਵਾਲਾ ਸਟੇਡੀਅਮ ਤੇ ਦੂਜੇ ਪਾਸੇ ਜਿਹੜੇ ਲੋਕ ਨੇ ਉਹ ਇਹਨੂੰ ਕਹਿ ਰਿਹਾ ਕਿ ਨਹੀਂ ਇਹ ਕੋਈ ਬੋਤਾ ਸਹੀ ਐਲਾਨ ਨਹੀਂ ਆ ਇਹਦੀ ਕੋਈ ਲੋੜ ਨਹੀਂ ਆ ਜੇ ਬੀਸੀ ਪਲੇਸ ਦੇ ਵਿੱਚ ਵੀ ਸਿਰਫ ਕੁਛ ਜਿਹੜੀਆਂ ਖੇਡਾਂ ਦੇ ਲਈ ਕੁਛ ਗੇਮਸ ਹੀ ਉੱਥੇ ਹੁੰਦੀਆਂ ਜਿਹੜੀਆਂ ਦਹਾਕਿਆਂ ਦੇ ਵਿੱਚ ਇੱਕ ਅੱਧਾ ਜਾਂ ਕਿਤੇ ਜਾ ਕੇ ਉਹਦੀ ਕਪੈਸਿਟੀ ਦੇ ਨੇੜੇ ਤੇੜੇ ਜਾਂਦਾ ਜੇ ਉਹ ਇੱਕ ਚਿੱਟਾ ਹਾਥੀ ਬਣਿਆ ਆ ਤੇ ਇੱਕ ਹੋਰ ਚਿੱਟਾ ਹਾਥੀ ਇੱਥੇ ਸਰੀ ਦੇ ਵਿੱਚ ਬੰਨਣ ਵਾਲੀ ਗੱਲ ਜਿਹੜੇ ਡੱਗ ਮੁਕੱਲਮ ਕਰ ਰਹੇ ਆ ਰੈਲੇਵੈਂਸ ਇਹਦੀ ਅਜੇ ਤੱਕ ਕੋਈ ਨਹੀਂ ਆ ਇਹਦੇ ਚ ਕਿੰਨਾ ਕੁ ਸਰਕਾਰ ਪੈਸਾ ਪਾਉਂਦੀ ਆ ਕਿੰਨੇ ਕਿਹਦੇ ਚ ਪ੍ਰਾਈਵੇਟ ਇਨਵੈਸਟਰ ਕੀ ਕਰਦੇ ਆ ਇਹ ਹਾਲਾਂਕਿ ਪਲਾਨ ਬਾਅਦ ਦੇ ਵਿੱਚ ਇਹਦਾ ਸਾਹਮਣੇ ਆਊਗਾ ਪਰ ਹਜੇ ਵੀ ਜਿਹੜੇ ਬਹੁਤੇ ਲੋਕ ਨੇ ਉਹ ਇਹਦੇ ਬਾਰੇ ਦੋਵੇਂ ਤਰ੍ਹਾਂ ਸੋਚ ਰਹੇ ਨੇ ਕੁਝ ਲੋਕ ਦੇ ਹੱਕ ਵਿੱਚ ਨੇ ਕੁਝ ਲੋਕ ਇਹਦੇ ਉਲਟ ਸੋਚ ਰਹੇ ਨੇ ਜਿਹੜੇ ਹੁਣ ਦੇ ਸਾਡੇ ਦੂਜੇ ਉਮੀਦਵਾਰ ਨੇ ਮੇਅਰ ਦੇ ਉਹ ਇਹਨੂੰ ਜਿਹੜਾ ਅਨ ਵਰਕੇਬਲ ਅਨ ਅਫੋਰਡੇਬਲ ਕਹਿ ਰਹੇ ਆ ਕਿ ਇਹ ਇੱਕ ਫੈਂਟਸੀ ਆ ਰਿਐਲਿਟੀ ਦੇ ਵਿੱਚ ਨਹੀਂ ਆਉਣੀ ਐਵੇਂ ਜਿਹੜੀ ਗੱਲਬਾਤ ਹੈਗੀ ਆ ਤੇ ਕੁਝ ਜਿਹੜੇ ਸੁਜੈਸਟ ਕਰ ਰਹੇ ਆ ਜਿਵੇਂ ਗਾਰਡੀ ਹੌਗ ਉਹਨਾਂ ਨੇ ਕਿਹਾ ਕਿ ਇਹ ਇੱਕ ਛਟੇ ਹਾਥੀ ਵਾਂਗੂ ਹੋਊਗਾ ਟੈਕਸਪੀਅਰ ਦੇ ਉੱਤੇ ਤੇ ਸਰੀ ਫਾਰਵਰਡ ਤੋਂ ਜਿਨੀ ਸ਼ੀਮਸ ਸਰੀ ਕਨੈਕਟ ਤੋਂ ਕੈਂਡੀਡੇਟ ਪ੍ਰੈਂਡਾ ਲੋਗ ਉਹ ਵੀ ਬਹੁਤ ਇਹਦੇ ਹੱਕ ਵਿੱਚ ਨਹੀਂ ਆ ਕਿ ਇਹ ਸਟੇਡੀਅਮ ਹੋਣਾ ਚਾਹੀਦਾ ਆ ਸੁਖਤ ਢਾਲੇਵਾਲ ਹੋਣੀ ਵੀ ਕਿਹਾ ਕਿ ਅਨਵਰਕੇਬਲ ਤੇ ਅਨਫੋੜੇ ਵਾਲਾ ਪਰ ਜਿਹੜੇ ਲੋਕ ਡਾਕ ਮੁਕੱਲਮ ਦੀ ਸਲੀਟ ਦੀ ਸਪੋਰਟ ਕਰਦੇ ਆ ਉਹ ਕਹਿ ਰਹੇ ਆ ਕਿ ਇੱਕ ਸਹੀ ਸਮੇਂ ਦੇ ਉੱਤੇ ਬਹੁਤ ਦੂਰ ਅੰਦੇਸ਼ੀ ਨਾਲ ਲਿਆ ਗਿਆ ਫੈਸਲਾ ਆ ਤੇ ਇਹੋ ਜੀ ਦੂਰ ਅੰਦੇਸ਼ੀ ਵਾਲਾ ਮੇਰ ਹੀ ਸਰੀ ਨੂੰ ਚਾਹੀਦਾ ਆ ਇਹ ਮੇਰ ਬਣਦੇ ਆ ਕਿ ਨਹੀਂ ਸਟੇਡੀਅਮ ਬਣਦਾ ਆ ਕਿ ਨਹੀਂ ਬਾਅਦ ਦੀ ਗੱਲ ਆ ਪਰ ਐਸ ਵੇਲੇ ਅ ਸਰੀ ਸੇਵ ਕਲੈਕਸ਼ਨ ਦੇ ਵਿੱਚ ਡਗ ਮੁਕੱਲਮ ਵੱਲੋਂ ਐਲਾਨ ਕੀਤਾ ਗਿਆ ਵਾਦਾ ਕੀਤਾ ਗਿਆ 60 ਹਜ਼ਾਰ ਸੀਟਾਂ ਵਾਲਾ ਸਟੇਡੀਅਮ ਚਰਚਾ ਦੇ ਵਿੱਚ ਜ਼ਰੂਰ ਆ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ